ਮੈਂ ਹਾਂ ਤੁਹਾਡੇ ਨਾਲ ਹਰਕੀਰਤ ਸਿੰਘ ਆਹਲੂਵਾਲੀਆ। ਹੋਮਿਓਪੈਥਿਕ ਸਿਧਾਂਤ ਕਿਵੇਂ ਅਸੀਂ ਆਪਣੀ ਨਿੱਜੀ ਜ਼ਿੰਦਗੀ ਦੇ ਵਿੱਚ ਲੈ ਕੇ ਜਾਈਏ, ਡਾਕਟਰ ਚੌਧਰੀ ਦੇ ਨਾਲ ਸਾਡਾ ਰਾਬਤਾ ਕਾਇਮ ਹੁੰਦਾ ਥਰਸਡੇ ਨੂੰ ਇਸੇ ਟਾਈਮ। ਅੱਜ ਵੀ ਸਾਡੇ ਨਾਲ ਲਾਈਵ ਸਟੂਡੀਓ ਦੇ ਵਿੱਚ ਮੌਜੂਦ ਹਨ ਡਾਕਟਰ ਚੌਧਰੀ। ਗੱਲਾਂ ਕਰਾਂਗੇ ਕਿ ਕਿਵੇਂ ਤੁਸੀਂ ਹੋਮਿਓਪੈਥਿਕ ਸਿਧਾਂਤ ਨੂੰ ਆਪਣੀ ਨਿੱਜੀ ਜ਼ਿੰਦਗੀ ਦੇ ਵਿੱਚ ਲਿਆ ਕੇ ਔਰ ਉਹਨਾਂ ਸਾਰੇ ਰੋਗਾਂ ਤੋਂ ਤੁਸੀਂ ਨਿਜਾਤ ਪਾ ਸਕਦੇ ਹੋ, ਇਹਨੂੰ ਲੈ ਕੇ ਅਸੀਂ ਹਰ ਥਰਸਡੇ ਨੂੰ ਤੁਹਾਡੀ ਖਿਦਮਤ ਦੇ ਵਿੱਚ ਲੈ ਕੇ ਆਉਂਦੇ ਹਾਂ ਡਾਕਟਰ ਚੌਧਰੀ ਹੋਰਾਂ ਨੂੰ। ਉਹਨਾਂ ਦਾ ਅਸੀਂ ਇਸ ਮੰਚ ਦੇ ਉੱਤੇ ਸਵਾਗਤ ਕਰਦੇ ਹਾਂ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਅਤੇ ਅਸਲਾਮ ਅਲੈਕੁਮ। ਥੈਂਕ ਯੂ ਜੀ ਸਾਰੇ ਦਰਸ਼ਕਾਂ ਨੂੰ ਡਾਕਟਰ ਚੌਧਰੀ ਦੇ ਵੱਲੋਂ। ਅਤੇ ਡਾਕਟਰ ਸਾਹਿਬ, ਇਹ ਦੱਸੋ ਕੀ ਕੁਝ ਸ਼ਿਕਾਇਤਾਂ ਆ ਰਹੀਆਂ ਹਨ ਤੁਹਾਨੂੰ ਹੁਣ ਬਿਮਾਰੀਆਂ ਨੂੰ ਲੈ ਕੇ, ਜੇਕਰ ਕਰੀਏ ਗੱਲ ਤਾਂ? ਦੇਖੋ, ਅਸੀਂ ਸਟਾਰਟ ਕਰਦੇ ਹਾਂ ਹੈਡ ਤੋਂ। ਸ਼ਿਕਾਇਤਾਂ ਤਾਂ ਹਰ ਤਰ੍ਹਾਂ ਦੀਆਂ ਆਉਂਦੀਆਂ ਰਹਿੰਦੀਆਂ ਨੇ। ਪਿਛਲੇ 30 ਸਾਲ ਹੋ ਗਏ ਨੇ 1989 ਤੋਂ। ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ, 30 ਇਅਰਸ ਹੋ ਗਏ ਨੇ, ਬਹੁਤ ਬਹੁਤ ਮੁਬਾਰਕਾਂ। 31ਵਾਂ ਸਾਲ ਸ਼ੁਰੂ ਹੋ ਗਿਆ, ਕਿਆ ਬਾਤ। ਔਰ ਸਾਡੇ ਇੰਨੇ ਹਜ਼ਾਰਾਂ ਦੇ ਹਿਸਾਬ ਦੇ ਪੇਸ਼ੈਂਟ ਨੇ ਹਰ ਜਗ੍ਹਾ, ਹਰ ਮੁਲਕ 'ਚ, ਹਰ ਜ਼ਬਾਨ ਬੋਲਣ ਵਾਲੇ, ਔਰ ਦੇ ਆਰ ਵੈਰੀ ਹੈਪੀ। ਔਰ ਸਾਡੇ 135 ਡਿਫਰੈਂਟ ਫਾਰਮੂਲੇਸ਼ਨ ਨੇ ਸਾਡੇ ਆਪਣੇ ਹੋਮਿਓਪੈਥਿਕ ਹਰਬਲ ਮੈਡੀਸਨ ਦੇ, ਜਿਹੜੇ ਕਿ ਅਸੀਂ USA ਮੇਡ ਹੁੰਦੇ ਆ, ਅਤੇ ਬਹੁਤ ਹੀ ਇਫੈਕਟਿਵ ਨੇ। ਜਿਹੜਾ ਇੱਕ ਬੰਦਾ ਇਸਤੇਮਾਲ ਕਰਦਾ ਕੋਈ ਚੀਜ਼, ਅਤੇ ਫਿਰ ਉਹ ਵਾਪਸ ਆ ਕੇ ਜ਼ਰੂਰ ਉਹਦੀ 30 ਸਾਲ ਤੁਹਾਨੂੰ ਹੋਮਿਓਪੈਥਿਕ ਕਰਦੇ ਹੋ ਗਏ। ਔਰ ਮੈਂ ਮੁਬਾਰਕ ਇਸ ਗੱਲ ਦੀ ਵੀ ਦੇਵਾਂਗਾ ਕਿ 13 ਸਾਲ ਤੁਹਾਨੂੰ ਜਸ ਪੰਜਾਬੀ ਦੇ ਨਾਲ ਵੀ ਹੋ ਗਏ ਜੀ, ਬਿਲਕੁਲ ਜੁੜੇ ਹੋਏ ਜੀ ਜੀ ਬਿਲਕੁਲ। ਔਰ ਇੱਕ ਵੀ ਥਰਸਡੇ ਜਿਹੜਾ ਉਹ ਖਾਲੀ ਨਹੀਂ ਜਾਂਦਾ, ਹਰ ਥਰਸਡੇ ਨੂੰ ਤੁਹਾਡੀ ਸਿਹਤ ਦਾ ਧਿਆਨ ਰੱਖਦੇ ਹਨ ਡਾਕਟਰ ਚੌਧਰੀ। ਹਾਂਜੀ, ਔਰ ਅਤੇ ਇਹ ਹੀ ਦੱਸੀਦਾ ਕਿ ਤੁਸੀਂ ਆਪਣੀ ਸਿਹਤ ਨੂੰ ਸਹੀ ਰੱਖਣ ਵਾਸਤੇ ਕੀ ਮਤਲਬ ਕਰਨਾ। ਹੁਣ ਅਗਰ ਤੁਸੀਂ ਖੁਦਾ ਨਾ ਖਾਸਤਾ ਤੁਹਾਨੂੰ ਕੋਈ ਤਕਲੀਫ ਹੋ ਗਈ ਹੈ ਅਤੇ ਐਮਰਜੈਂਸੀ ਕਾਲ ਕਰਨੀ ਹੈ, ਤੁਸੀਂ ਜਾਣਾ ਹੋਸਪਿਟਲ, ਲੇਕਿਨ ਆਪਣੀ ਬਾਡੀ ਨੂੰ ਸਿਹਤਮੰਦ ਰੱਖਣ ਵਾਸਤੇ ਕੀ ਕਰਨਾ ਚਾਹੀਦਾ, ਰਾਈਟ? ਔਰ ਆਪਣੀ ਬਾਡੀ ਨੂੰ ਤੁਸੀਂ ਇਸ ਤਰ੍ਹਾਂ ਟੇਕ ਕੇਅਰ ਕਰੋ ਜਿੰਨਾ ਤੁਸੀਂ ਆਪਣੀ ਗੱਡੀ ਦਾ ਜਾਂ ਟਰੱਕ ਦਾ ਜਾਂ ਹੋਰ ਇਲੈਕਟ੍ਰੋਨਿਕਸ ਦਾ ਟੇਕ ਕੇਅਰ ਕਰਦੇ ਹੋ। ਸਰਵਿਸ ਕਰਾਉਣੀ ਜ਼ਰੂਰੀ ਹੈ। ਬਿਲਕੁਲ ਜੀ, ਹਾਂਜੀ। ਅਤੇ ਅਸੀਂ ਸਟਾਰਟ ਕਰਾਂਗੇ ਵਾਲਾਂ ਤੋਂ, ਸਿਰ ਤੋਂ ਲੈ ਕੇ ਅਤੇ ਥੱਲੇ ਤੱਕ ਜਾਵਾਂਗੇ ਪੈਰਾਂ ਤੱਕ। ਅਤੇ ਹੁਣ ਕਈ ਲੋਕ ਮੇਰੇ ਕੋਲ ਵੀ ਪੁੱਛਦੇ ਆ, ਡਾਕਟਰ ਸਾਹਿਬ ਤੁਸੀਂ ਇਹ ਵਾਲ ਤੁਹਾਡੇ ਬੜੇ ਚੰਗੇ ਆ ਜਾਂ ਕੀ ਕਰਦੇ ਹੋ, ਜਾਂ ਕਿ ਵਿਗ ਤਾਂ ਨਹੀਂ ਲਾਈ ਹੋਈ ਕਈ ਦਫ਼ਾ ਜੀ ਜੀ ਜੀ, ਵਿਗ ਵਗੈਰਾ ਨਹੀਂ ਹੈ ਜੀ। ਦੇਖੋ, ਕੋਈ ਵੀ ਚੀਜ਼ ਤੁਸੀਂ ਉਹਦਾ ਟੇਕ ਕੇਅਰ ਕਰੋਗੇ ਨਾ ਤਾਂ ਉਹ ਸਹੀ ਰਹੇਗੀ, ਸਮਝ ਗਿਆ ਨਾ? ਬਿਮਾਰੀ ਤੋਂ ਬਚਣੇ, ਮਤਲਬ ਵਾਲ ਉੱਡਣੇ ਤੋਂ ਪਹਿਲਾਂ ਤੁਸੀਂ ਆਪਣਾ ਟੇਕ ਕੇਅਰ ਕਰੋ। ਸਿਲਕੀ ਸਿਲਕੀ ਵਾਲ ਕਿਵੇਂ ਹੋਣਾ? ਅਤੇ ਉਹਦੇ ਵਾਸਤੇ ਹੋਮਿਓਪੈਥਿਕ ਹਰਬਲ 'ਚ ਆਰਨੀਕਾ ਹੇਅਰ ਆਇਲ ਹੁੰਦਾ ਹੈ। ਆਰਨੀਕਾ ਠੀਕ। ਆਰਨੀਕਾ ਇੱਕ ਜਿਹੜੀ ਬੂਟੀ ਹੈ ਜਿਹਦਾ ਐਕਸਟਰੈਕਟ ਹੁੰਦਾ ਹੈ ਆਇਲ ਬੇਸਡ, ਜਿਹਦੇ ਵਿੱਚ ਡਿਫਰੈਂਟ ਕਿਸਮ ਦੇ ਆਇਲ, ਸਾਡੇ ਜਿਹੜਾ ਸਾਡਾ ਆਰਨੀਕਾ ਹੇਅਰ ਆਇਲ ਫਾਰਮੂਲਾ ਹੈ ਉਹਦੇ ਵਿੱਚ ਆਲਮੰਡ ਆਇਲ, ਹੋਰ ਓਲਿਵ ਆਇਲ, ਸੈਸਮੀ ਆਇਲ, ਸਰੀਓਂ ਦਾ ਤੇਲ, ਇਸ ਤਰ੍ਹਾਂ ਦੀਆਂ ਚੀਜ਼ਾਂ, ਪਲੱਸ ਉਹ ਹੋਮਿਓਪੈਥੀ ਦੀਆਂ ਉਹਦੇ 'ਚ ਦਵਾਈਆਂ ਐਕਸਟਰੈਕਟਸ ਨੇ, ਜਿਹੜਾ ਕਿ ਤੁਸੀਂ ਰਾਤ ਨੂੰ ਸੋਣੇ ਤੋਂ ਪਹਿਲਾਂ ਮਾਲਿਸ਼ ਕਰਿਆ ਕਰੋ। ਅਗਰ ਹਫ਼ਤੇ 'ਚ ਇੱਕ ਵਾਰੀ, ਦੋ ਵਾਰੀ, ਜਿੰਨਾ ਵੀ ਕਰ ਸਕਦੇ ਹੋ ਤੁਸੀਂ ਕਰਨਾ ਚਾਹੀਦਾ। ਉਹਦੇ ਨਾਲ ਕੀ ਲਾਭ ਹੁੰਦਾ? ਦੇਖੋ, ਉਹਦੇ ਨਾਲ ਕੀ ਹੁੰਦਾ ਕਿ ਤੁਹਾਡੇ ਸਿਰ 'ਚ ਜਿਹੜੀ ਬਲੱਡ ਸਰਕੂਲੇਸ਼ਨ ਇੰਪਰੂਵ ਹੁੰਦੀ ਹੈ, ਠੀਕ ਹੈ? ਔਰ ਬਲੱਡ ਸਰਕੂਲੇਸ਼ਨ ਦਾ ਹੀ ਸਾਰਾ ਕੰਮ ਹੈ ਹਰ ਬਾਡੀ ਪਾਰਟ ਵਿੱਚ, ਜਿੱਥੇ ਸਰਕੂਲੇਸ਼ਨ ਨਹੀਂ ਹੋਏਗੀ, ਬਲੱਡ ਫਲੋ ਨਹੀਂ ਹੋਏਗਾ ਚੰਗੀ ਤਰ੍ਹਾਂ, ਉਹ ਪਾਰਟ ਕੰਮ ਨਹੀਂ ਕਰੇਗਾ, ਠੀਕ ਹੈ? ਅਤੇ ਆਰਨੀਕਾ ਹੇਅਰ ਆਇਲ ਇਜ਼ ਵੈਰੀ ਗੁੱਡ। ਔਰ ਇੱਥੇ ਦੇਖਿਆ ਗਿਆ ਅਕਸਰ ਲੋਕ ਜਿਹੜੇ ਨੇ ਉਹ ਤੇਲ ਲਾਉਣਾ ਪਸੰਦ ਨਹੀਂ ਕਰਦੇ, ਹਾਂ, ਠੀਕ ਹੈ ਨਾ? ਅਤੇ ਉਹਨਾਂ ਵਾਸਤੇ ਇਹ ਐਡਵਾਈਸ ਹੈ ਕਿ ਉਹ ਰਾਤ ਨੂੰ ਸੌਂਦਿਆਂ ਤੇਲ ਲਾ ਲੈਣ ਔਰ ਸੁਬਾਹ ਉੱਠ ਕੇ ਸ਼ਾਵਰ ਲੈ ਲੈਣ, ਅਤੇ ਤੁਹਾਡਾ ਆਇਲ ਦਾ ਤੁਹਾਨੂੰ ਫਾਇਦਾ ਵੀ ਹੋ ਜਾਏਗਾ ਔਰ ਤੁਹਾਡੇ ਵਾਲ 'ਚ ਜਿਹੜੀ ਖੁਸ਼ਕੀ ਹੁੰਦੀ ਹੈ, ਜਿਹੜੀ ਵਾਲ ਡਿੱਗਦੇ ਹੈ, ਵਾਲ ਮਤਲਬ ਬਿਲਕੁਲ ਬ੍ਰੇਕ ਹੋ ਜਾਂਦੇ ਹੈ ਔਰ ਵਾਲਾਂ ਦਾ, ਔਰ ਦੂਸਰਾ ਕਿ ਅਗਰ ਤੁਸੀਂ ਆਰਨੀਕਾ ਹੇਅਰ ਆਇਲ ਦੀ ਮਾਲਿਸ਼ ਕਰੋਗੇ ਤੁਹਾਨੂੰ ਨੀਂਦ ਵੀ ਅੱਛੀ ਆਏਗੀ। ਕਿਆ ਬਾਤ ਹੈ, ਹਾਂਜੀ, ਸਟ੍ਰੈਸ ਲੈਵਲ ਤਾਂ ਘੱਟ ਹੋਇਆ ਹੀ ਹੋਇਆ ਅਤੇ ਨੀਂਦ ਵੀ ਵਧੀਆ ਹੋ ਗਈ, ਬਿਲਕੁਲ, ਅਤੇ ਦਿਮਾਗ ਵੀ ਚੱਲੇਗਾ, ਹਾਂਜੀ। ਅੱਛਾ, ਨਾਲ ਆਇਲ ਦੇ ਨਾਲ ਅਗਰ ਜਿਨ੍ਹਾਂ ਦਾ ਜ਼ਿਆਦਾ ਵਾਲਾਂ ਦਾ ਪ੍ਰੋਬਲਮ ਹੁੰਦਾ, ਡਿੱਗਦੇ ਨੇ, ਅਤੇ ਉਹਨਾਂ ਵਾਸਤੇ ਅਸੀਂ ਸਪਲੀਮੈਂਟ ਵੀ ਰੈਕਮੈਂਡ ਕਰਦੇ ਹਾਂ, ਹੋਮਿਓਪੈਥਿਕ ਦੇ ਵੀ, ਹਰਬਲ ਦੇ ਵੀ, ਜਿਹਦੇ ਵਿੱਚ ਸਾਰੇ ਵਿਟਾਮਿਨ ਵਗੈਰਾ, ਬਾਇਓਟੀਨ, ਸਿਸਟੀਨ, ਅਮੀਨੋ ਐਸਿਡਸ ਵਗੈਰਾ ਹੁੰਦੇ ਆ, ਬੀ ਕੰਪਲੈਕਸ ਹੁੰਦਾ ਹੈ, ਪਲੱਸ ਹੋਮਿਓਪੈਥਿਕ ਦੀਆਂ ਦਵਾਈਆਂ ਹੁੰਦੀਆਂ ਨੇ, ਜਿਹਦੇ ਉਹਨਾਂ ਦੇ ਵਾਲਾਂ ਦਾ ਜਿਹੜਾ ਪ੍ਰੀ ਮੈਚਿਓਰ ਗਰੇ ਹੇਅਰ ਨੂੰ ਵੀ ਰੋਕਦਾ, ਕਿਉਂਕਿ ਕਈ ਯੰਗ ਬੱਚੇ ਨੇ ਉਹਨਾਂ ਦੇ ਵਾਲ ਚਿੱਟੇ ਹੋਣਾ ਸ਼ੁਰੂ ਹੋ ਜਾਂਦੇ ਆ, ਜਾਂ ਫਿਰ ਵਾਲ ਬਹੁਤ ਜ਼ਿਆਦਾ ਡਿੱਗ ਜਾਂਦੇ ਆ ਉਹਨਾਂ ਦੀ ਛੋਟੀ ਉਮਰ 'ਚ, ਅਤੇ ਉਹ ਕਹਿੰਦੇ ਜੀ ਸਾਡੇ ਫਾਦਰ ਜੀ ਦੇ ਵੀ ਡਿੱਗ ਗਏ ਸੀ ਅਤੇ ਸਾਡੇ ਵੀ, ਹੁਣ ਫਾਦਰ ਜੀ ਦੇ 50 ਸਾਲ ਤੋਂ ਬਾਅਦ ਡਿੱਗ ਗਏ, ਤੁਹਾਡੇ 20 ਸਾਲ 'ਚ ਡਿੱਗ ਰਹੇ ਆ ਜੀ, ਅਤੇ ਇਟਸ ਨਾਟ ਲਾਈਕ ਕਿ ਤੁਸੀਂ ਉਹਨਾਂ ਨੂੰ ਬਲੇਮ ਕਰੋ ਕਿ ਹੈਰੀਡੀਟਰੀ ਫੈਕਟਰ ਹੈ, ਤੁਸੀਂ ਆਪਣਾ ਟੇਕ ਕੇਅਰ ਨਹੀਂ ਕਰਦੇ। ਵਾਲ ਆਇਲ ਲਾਉਣਾ ਬਹੁਤ ਜ਼ਰੂਰੀ ਹੈ,
अच्छा, टू मच कैमिकल वाले शैम्पू यूज़ करना भी सही नहीं होता, और वालों से बहुत ज़्यादा गर्म पानी भी इस्तेमाल करना अच्छा नहीं होता, ठीक नहीं होता, ठीक है। तो उसके वास्ते असी आर्निका शैम्पू भी है साढ़े को, जो कि बहुत ही अच्छा और माइल्ड है, उस कैमिकल नहीं होंगे इन्ने, जो कि तुम वालों को डैमेज नहीं करता। 7183963600 ते कॉल करके डॉक्टर चौधरी होर नाल तुसीं डायरैक्ट राबता कायम कर सकते हो, और आर्निका जिहड़ा ऑयल हैगा उहनूं हुणे ही तुसीं ऑर्डर करो इस हेठ लिखे नंबर दे उत्ते, डॉक्टर साहब नाल राबता कायम करो। जेकर किसी होर बीमारी नाल तुसीं जूझ रहे हो, निजात पाना चाहुंदे हो, तां होम्योपैथी सिद्धांत तों इह सारी बीमारियां जड़ तों खत्म कर सकते हो राबता कायम करके डॉक्टर चौधरी होरां दे नाल। डॉक्टर साहब, और प्रिवेंशन इज़ ऑलवेज़ बैटर। अगर तुसी अपनी सेहत का ख्याल रखोगे, वालों का ख्याल रखोगे, हुण असी आ जांदे अखां ते, हुण अखां जिहड़ियां ने ओह अजकल दे जमाने च बहुत ज़्यादा, जदों तुसी कंप्यूटर या फोन ते यूज़ करदे हो तो तुहाडी टायर्ड होंदी सब तो ज़्यादा स्ट्रेस्ड ने अखां, बिल्कुल। गड्डी चलांदे हो, ट्रक ड्राइवर जिहड़े ने ओह इतना, मतलब उहनां नूं लाइट हुंदी है रात नूं, इन्नी अखां च असर अंदाज़ हुंदी है। तो हुण अखां दा जदों, ऐ नहीं कि तुसी बिल्कुल ही तुहाडी नज़र जदों कमज़ोर हो जाए तो फिर तुसी डॉक्टर कोल जाओ और अखां दा चैकअप कराओ, उहदे प्रिवेंशन ने, उहदे होम्योपैथिक दा आई ड्रॉप्स होंदे आ अखां च पाउण वास्ते, जिहड़े कि इतने इफेक्टिव ने कि तुहाडे बहुत सारे अखां दे प्रॉब्लम तों बंदा बच जाता है। नाल नाल अखां दे वास्ते सप्लीमेंट भी होंदे आ होम्योपैथिक दे, और वाइटामिन भी होंदे आ जिहड़े कि स्पैशली अखां वास्ते होंदे आ। तो उहदे नाल तुहाडियां अखां टायर्ड होना या एलर्जी होना या तुहाडी नज़र जल्दी कमज़ोर हो रही है, लाइट च तुसीं ज़्यादा काम कर रहे हो, रात नूं तुहानूं अगर ज़्यादा तुसीं कंप्यूटर ते या फोन ते रहिंदे हो, तो उहनां चीज़ां नूं, मतलब अपनी अखां नूं अगर तुसीं टेक केयर करोगे तो उन प्रॉब्लम तों बच जाओगे। ऐसे तरह जिस तरह तुसीं टूथपेस्ट ते यूज़ करते हो ना दंदां वास्ते, किन्ने मतलब दंद इंपॉर्टेंट ने, लेकिन होर बॉडी दे जिहड़े पार्ट्स ने उहनां दा वी ते टेक केयर करना चाहिए ना, बिल्कुल, ताकि वह सही रहे, सही काम करन। जी, जी। और अगर तुहाडियां अखां सही होण दीआं नाल, इत्थे बहुत ज़्यादा लोकां नूं मतलब स्नोरिंग, जिहनूं घराड़े पंजाबी च कहिंदे ने, आवाज़ आउंदी है बहुत ज़्यादा जदों सौंदे आ, ते उह नक दे अंदर जिहड़े ने इनफ्लेमेशन हो जाती है, स्वैलिंग हो जाती है, जिस पंजाबी सोजा कहते हैं कि नक के अंदर गले विच, ते उहदे नाल फिर की होंदा कि तुसीं सौंदे हो ते तुहाडा ब्रीदिंग तुसीं मूंह नाल लैंदे हो ज़्यादा, तुहाडे नक जिहड़ा है वह मतलब साह लैण वास्ते है, लेकिन अगर उहदे अंदर ब्लॉकेज होएगी तो वह फिर पूरी तरह साह तुसीं नक के जरिए नहीं लओगे, वह तुहाडे गले के जरिए जाएगा हवा, तो उहदे नाल तुसीं सुबह देखदे हो, तुसीं नोटिस करदे हो कि तुहाडा गला ड्राई हो रहा है, खंघ आएगी तुहानूं सुबह उठदे ही। तो वह चीज़ों मतलब ऐ नहीं कि तुसी हुण डॉक्टर को जाओ तुहानूं स्प्रे दे देंदे है कोई नक खोलने वास्ते, स्टेरॉयड स्प्रे होंदे है टैंपरेरी, मतलब उन्हों करने वास्ते, लेकिन वह इनफ्लेमेशन जिहड़ी है वह सही होनी चाहिए है। साइनस का बहुत ज़्यादा, एलर्जीज का बहुत ज़्यादा प्रॉब्लम है, कन्ना च, नक च, गले च, और बच्चों के टॉन्सिल हो जाते हैं, गले मतलब बार बार इनफेक्शन हो जाना, बार बार तुसी एंटीबायोटिक खाते हो, वो बार बार इनफेक्शन रोकने वास्ते होम्योपैथिक और हर्बल च जिहड़े सप्लीमेंट और दवाइयां होंदियां ने, जिहड़े तुहाडा इम्यून सिस्टम नूं सही करदी है, तुहाडी इनफ्लेमेशन नूं ठीक करदी है, और नाल नाल असीं फूड दे बारे च वी दसने आ, ठीक है जी, कि भाई की खाणा चाहिए। हुण अगर तुहाडा बॉडी जिस्म है, तुहानूं बार बार खंघ हुंदी है, रेशा बणदा है, तुसीं चावल खाई जा रहे हो, दही खाई जा रहे हो, दैट्स नॉट गुड, ऑरेंज जूस पी जा रहे हो, ठंडियां चीज़ां, दैट्स नॉट गुड, तुहानूं उस चीज़ां तों बचना चाहिए। इम्यून सिस्टम इहदे नाल क्योर हो जाता जी, बिल्कुल, क्योंकि बॉडी का डिफेंस ही है ना, किसी भी तुसी मिसाल लोगे, अगर मतलब अगर किसी बंदे का इम्यून सिस्टम उसका डिफेंस वीक है, वो तो ही उन्होंने बार बार इनफेक्शन होंगे, बार बार वो बीमार होंगे। हुण कई तुसी देखते हो, कईयों एड्स तक हो जाती है, उन्होंने कोई पता ही नहीं होंगे, और कईयों जरा कोल्ड हो जाए, टैंपरेचर थोड़ा ठंडा गर्म हो जाए, एकदम उन्होंने खंघ लग जाएगी, गला पै जाएगा, लम्बे पै जाते, बुखार, सारा कुछ प्रॉब्लम, तो वाई। और अक्सर बच्चियां नूं यह प्रॉब्लम ज़्यादा होंदा है, औरतों नूं ज़्यादा प्रॉब्लम होंदा है, क्योंकि इन्ना अपने कम्मां च खाने पीने ध्यान नहीं, रेस्ट नहीं करना, तो फिर उहदे तुहाडा असर तो पैंदा ना बॉडी ते, राइट, ते नाल फिर अपने
ਕੋਈ ਸਪਲੀਮੈਂਟ ਨਹੀਂ ਖਾਣਾ, ਕੋਈ ਵਿਟਾਮਿਨ ਨਹੀਂ ਖਾਣਾ, ਕੋਈ ਟੋਨਿਕ ਨਹੀਂ ਪੀਣਾ, ਕੋਈ ਦੁੱਧ ਹਲਦੀ ਸ਼ਹਿਦ ਵੈਦ ਇਸ ਤਰ੍ਹਾਂ ਦੀਆਂ ਜਿਹੜੀਆਂ ਦੇਸੀ ਸਾਰੀਆਂ ਚੀਜ਼ਾਂ ਨੇ ਘਰ 'ਚ ਕਰੋ ਤੁਸੀਂ ਇਸਤੇਮਾਲ ਕਰੋ ਅਤੇ ਤੁਹਾਡਾ ਇਮਿਊਨ ਸਿਸਟਮ ਸਹੀ ਰਹਿੰਦਾ, ਲੇਕਿਨ ਉਹ ਉੱਧਰ ਧਿਆਨ ਨਹੀਂ ਜਾਣਾ ਜੀ। ਸੋਡੇ ਅਤੇ ਜੂਸ ਅਤੇ ਕੈਂਡੀਆਂ ਅਤੇ ਡੋਨਟ ਅਤੇ ਪੀਜ਼ੇ ਅਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਖਾਣੀਆਂ ਜਿਹੜੀਆਂ ਕਿ ਉਹ ਠੀਕ ਨਹੀਂ ਹੈ। ਰਾਈਟ ਰਾਈਟ ਰਾਈਟ। ਅਤੇ ਟੇਸਟ ਜਿਹੜਾ ਹੈਗਾ ਉਹਨੂੰ ਥੋੜ੍ਹਾ ਜਿਹਾ ਕੰਟਰੋਲ 'ਚ ਲਿਆਉਣ ਦੀ ਲੋੜ ਹੈ। ਔਰ ਜਿਹੜਾ ਸਭ ਤੋਂ ਇੰਪੋਰਟੈਂਟ ਹੈਗਾ ਜਿਵੇਂ ਤੁਸੀਂ ਦੱਸਿਆ ਕਿ ਜਿਹੜੇ ਆਈ ਡਰੋਪਸ ਦੀ ਗੱਲ ਇੱਥੇ ਕੀਤੀ, ਹੇਅਰ ਆਇਲ ਦੀ ਗੱਲ ਇੱਥੇ ਕੀਤੀ, ਅਤੇ ਇਮਿਊਨ ਸਿਸਟਮ ਨੂੰ ਸਟਰੋਂਗ ਕਰਨ ਦੇ ਲਈ, ਕਿਉਂਕਿ ਜਿਹੜਾ ਡਿਫੈਂਸ ਹੈ ਉਹ ਸਟਰੋਂਗ ਹੋਣਾ ਬਹੁਤ ਜ਼ਰੂਰੀ ਹੈ। ਸਾਡੀ ਬੋਡੀ ਦੇ ਵਿੱਚ ਜਿੰਨੇ ਵੀ ਵਾਇਰਸ ਐਕਟੀਵੇਟ ਹੁੰਦੇ ਹਨ ਉਹਨੂੰ ਉਸੇ ਟਾਈਮ ਰੋਕਣਾ ਬੜਾ ਇੰਪੋਰਟੈਂਟ ਹੈ। ਅਤੇ ਹੋਮਿਓਪੈਥੀ ਸਿਧਾਂਤ ਡਾਕਟਰ ਚੌਧਰੀ ਦੇ ਕੋਲ ਉਹਦਾ ਇਲਾਜ ਹੈਗਾ। 7183963600 ਇਹ ਡਾਕਟਰ ਸਾਹਿਬ ਦਾ ਡਾਇਰੈਕਟ ਸੈੱਲ ਨੰਬਰ ਹੈ। ਇਸ ਨੰਬਰ ਦੇ ਉੱਤੇ ਕਾਲ ਕਰਕੇ ਉਹਨਾਂ ਨਾਲ ਅਪੁਆਇੰਟਮੈਂਟ ਆਪਣੀ ਫਿਕਸ ਕਰਾ ਸਕਦੇ ਹੋ, ਜਾਂ ਫਿਰ ਫੋਨ ਦੇ ਰਾਹੀਂ ਤੁਸੀਂ ਵਿਸ਼ਵ ਦੇ ਕਿਸੇ ਵੀ ਕੋਨੇ ਦੇ ਵਿੱਚ ਬੈਠੇ ਹੋ, ਤੁਹਾਨੂੰ ਜਿਹੜੀ ਹੈ ਹੋਮਿਓਪੈਥੀ ਦੀਆਂ ਸਾਰੇ ਇਲਾਜ ਤੁਹਾਡੇ ਘਰ ਦੇ ਵਿੱਚ ਵਾਇਆ ਮੇਲ ਵੀ ਅਵੇਲੇਬਲ ਹਨ। ਤੁਸੀਂ ਉਹਨਾਂ ਨੂੰ ਕਾਲ ਕਰਕੇ ਹੁਣੇ ਹੀ ਆਪਣਾ ਰਾਬਤਾ ਕਾਇਮ ਕਰੋ, ਅਤੇ ਜੋ ਵੀ ਤੁਹਾਨੂੰ ਬਿਮਾਰੀ ਹੈ ਜਿਸ ਦੇ ਨਾਲ ਵੀ ਤੁਸੀਂ ਜੂਝ ਰਹੇ ਹੋ, ਡਾਕਟਰ ਚੌਧਰੀ ਇੱਥੇ ਨੇ ਉਹਦਾ ਨਿਪਟਾਰਾ ਕਰਨ ਦੇ ਲਈ। ਡਾਕਟਰ ਸਾਹਿਬ ਹੁਣ ਅਸੀਂ ਅੱਖਾਂ ਤੋਂ ਥੱਲੇ ਆ ਜਾਈਏ, ਹੋਰ ਹੁਣ ਗਲੇ ਤੋਂ ਲੈ ਕੇ ਸਟਮਕ ਦਾ ਜਿਹੜਾ ਸਭ ਤੋਂ ਵੱਡਾ ਪ੍ਰੋਬਲਮ ਹੈ ਮੇਦੇ ਦਾ, ਕਿ ਅਗਰ ਤੁਹਾਡਾ ਖਾਣਾ ਹਜ਼ਮ ਨਹੀਂ ਹੁੰਦਾ, ਅਗਰ ਤੁਹਾਡਾ ਸਟਮਕ ਠੀਕ ਨਹੀਂ ਹੈ ਤਾਂ ਸਾਰੇ ਪ੍ਰੋਬਲਮ ਨੇ, ਕਿਉਂਕਿ ਜੋ ਵੀ ਤੁਸੀਂ ਚੀਜ਼ ਖਾਓਗੇ ਉਹ ਤੁਹਾਡਾ ਡਾਈਜੈਸਟ ਨਹੀਂ ਹੋਏਗਾ, ਤੁਹਾਡਾ ਬਾਡੀ ਉਹਨੂੰ ਮਤਲਬ ਨਿਊਟ੍ਰੀਸ਼ਨ ਉਹਦੀ ਅਬਜ਼ਾਰਬ ਨਹੀਂ ਹੋਏਗੀ ਔਰ ਤੁਸੀਂ ਵੀਕ ਹੋਵੋਗੇ। ਅਤੇ ਉਹਦੇ ਵਾਸਤੇ ਜਿਹੜਾ ਐਲੋਪੈਥਿਕ ਦਾ ਇਲਾਜ ਹੁੰਦਾ, ਜਿਸ ਤਰ੍ਹਾਂ ਕਿਸੇ ਨੂੰ ਐਸੀਡਿਟੀ ਹੁੰਦੀ ਹੈ, ਹਾਰਟ ਬਰਨ ਹੋ ਜਾਂਦਾ, ਅਤੇ ਉਹ ਸਟਮਕ ਦੀ ਟੈਬਲੇਟ ਵਗੈਰਾ ਦੇ ਦਿੰਦੇ ਆ, ਜਦੋਂ ਤੱਕ ਤੁਸੀਂ ਖਾਂਦੇ ਰਹੋ ਠੀਕ ਹੈ, ਉਹਦੇ ਬਾਅਦ ਫਿਰ ਉਸੇ ਤਰ੍ਹਾਂ ਹੀ। ਅਤੇ ਉਸ ਪ੍ਰੋਬਲਮ ਨੂੰ ਸੋਲਵ ਕਰਨ ਵਾਸਤੇ ਹੋਮਿਓਪੈਥਿਕ ਹਰਬਲ ਵਿੱਚ ਅਸੀਂ ਬਹੁਤ ਸਾਰੀਆਂ ਚੀਜ਼ਾਂ ਰੈਕਮੈਂਡ ਕਰਦੇ ਹਾਂ, ਔਰ ਉਹ ਡਿਪੈਂਡ ਕਰਦਾ ਬੰਦੇ ਨੂੰ ਅਗਰ ਕੀ ਹੈ ਐਸੀਡਿਟੀ ਹੈ, ਹਾਰਟ ਬਰਨ ਹੁੰਦਾ, ਜਾਂ ਉਹਨਾਂ ਦਾ ਖਾਣਾ ਹਜ਼ਮ ਨਹੀਂ ਹੁੰਦਾ, ਜਾਂ ਉਹਨਾਂ ਨੂੰ ਲਿਵਰ ਦਾ ਵੀ ਪ੍ਰੋਬਲਮ ਹੋ ਸਕਦਾ, ਜਾਂ ਫਿਰ ਕਾਂਸਟੀਪੇਸ਼ਨ ਦਾ ਪ੍ਰੋਬਲਮ ਹੁੰਦਾ, ਜੇ ਕਬਜ਼ ਦੀ ਜਿਹੜੀ ਹੈ ਉਹ ਅਸੀਂ ਉਹਨੂੰ ਮਦਰ ਆਫ ਆਲ ਡਿਜ਼ੀਜ਼ ਕਹਿੰਦੇ ਹਾਂ, ਬਿਮਾਰੀਆਂ ਦੀ ਮਾਂ ਹੈ ਕਬਜ਼। ਹਾਂਜੀ। ਔਰ ਉਹਦੇ ਵਾਸਤੇ ਕਬਜ਼ ਅਗਰ ਤੁਹਾਨੂੰ ਹੈ ਤਾਂ ਜ਼ਾਹਿਰ ਹੈ ਤੁਹਾਡਾ ਸਾਰਾ ਬਲੋਕੇਜ ਹੋ ਜਾਂਦੀ ਹੈ ਬੋਡੀ, ਔਰ ਉਹਦੇ ਨਾਲ ਤੁਹਾਨੂੰ ਫਿਰ ਬਲੱਡ ਪ੍ਰੈਸ਼ਰ ਵੀ ਵੱਧ ਸਕਦਾ ਹੈ, ਤੁਹਾਨੂੰ ਹੈਡਏਕ ਵੀ ਹੁੰਦੇ ਹੈ, ਤੁਹਾਡਾ ਡਾਈਜੈਸ਼ਨ ਸਹੀ ਨਹੀਂ ਹੁੰਦਾ, ਤੁਸੀਂ ਬਹੁਤ ਜ਼ਿਆਦਾ ਟਾਇਰਡ ਫੀਲ ਕਰਦੇ ਹੋ। ਅਤੇ ਉਹਦੇ ਵਾਸਤੇ ਹੋਮਿਓਪੈਥਿਕ ਹਰਬਲ 'ਚ ਸਾਡੇ ਕੋਲ ਇੱਕ ਬਹੁਤ ਅੱਛੀ ਟੀ ਹੈ, ਜਿਹੜੀ ਕਿ ਮੇਰੇ ਨਾਂ ਤੋਂ ਹੀ ਅਸੀਂ ਆਪਣਾ ਫਾਰਮੂਲਾ ਰੱਖਿਆ ਡਾਕਟਰ ਟੀ, ਉਹ ਬਹੁਤ ਹੀ ਇਫੈਕਟਿਵ ਹੈ ਔਰ ਹਰ ਘਰ 'ਚ ਉਹ ਹੋਣੀ ਚਾਹੀਦੀ ਹੈ ਔਰ ਹਰ ਇੱਕ ਨੂੰ ਆਫਟਰ ਡਿਨਰ ਪੀਣੀ ਚਾਹੀਦੀ। ਬਿਲਕੁਲ, ਸਾਡੇ ਨਾਲ ਕਾਲਰ ਵੀ ਜੁੜ ਚੁੱਕੇ ਨੇ, ਉਹਨਾਂ ਨਾਲ ਵੀ ਅਸੀਂ ਰਾਬਤਾ ਕਾਇਮ ਕਰ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਮੈਂ ਨਿਤੇਸ਼ ਸਾਹਿਬ ਬੋਲ ਰਹਾ ਹੂੰ, ਬਾਟਲੀ ਮੋੜ ਸੇ। ਜੀ ਜੀ, ਡਾਕਟਰ ਸਾਹਿਬ ਸੇ ਮੇਰਾ ਸਵਾਲ ਹੈ, ਮੇਰਾ ਏਜ ਹੈ 35। ਜੀ ਜੀ, ਓਕੇ। ਔਰ ਥੋੜਾ ਸਾ ਪ੍ਰੋਬਲਮ ਹੈ ਕਾਰਵਾਈ ਮੇ। ਜੀ ਜੀ, ਓਕੇ ਓਕੇ। ਆਪ ਸਮਝਤੇ ਨਾ ਡਾਕਟਰ ਸਾਹਿਬ, ਮੈਂ ਜਰਾ ਖੁੱਲ ਕੇ ਨਹੀਂ ਬੋਲ ਸਕਤਾ, ਥੋੜਾ ਸ਼ਰਮ ਆਤਾ ਹੈ। ਜੀ ਜੀ, ਨੋ ਪ੍ਰੋਬਲਮ। ਤੋ ਆਪਕੋ ਸੈਕਸ਼ੁਅਲ ਵੀਕਨੈਸ ਹੈ, ਜੋ ਕਿ ਆਪ ਹਸਬੈਂਡ ਵਾਈਫ ਕੇ ਰਿਲੇਸ਼ਨ ਹੈ, ਉਸਮੇ ਥੋੜਾ ਪ੍ਰੋਬਲਮ ਹੋਤਾ ਹੈ, ਰਾਈਟ? ਜੀ ਜੀ। ਚਲੇ ਠੀਕ ਜੀ, ਤੋ ਆਪਕਾ ਜਵਾਬ ਦੇਤੇ ਹੈਂ ਆਪ। ਥੈਂਕ ਯੂ ਫਾਰ ਕਾਲਿੰਗ। ਹਾਂ ਜੀ, ਠੀਕ ਹੈ। ਨਮਸਕਾਰ ਡਾਕਟਰ ਸਾਹਿਬ। ਨਾਲ ਹੋਰ ਵੀ ਕਾਲਰ ਨੇ, ਉਹਨਾਂ ਦਾ ਵੀ ਆਪਾਂ ਸੁਣੀ ਜਾਵੇ ਤੁਸੀਂ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹਾਂ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ, ਸਤਿ ਸ਼੍ਰੀ ਅਕਾਲ ਜੀ। ਡਾਕਟਰ ਚੌਧਰੀ ਨਾਲ ਗੱਲ ਕਰਨੀ। ਜੀ ਜੀ, ਬੋਲੋ ਜੀ, ਕੀ ਕੁਐਸਚਨ ਹੈ ਤੁਹਾਡਾ? ਸਤਿ ਸ਼੍ਰੀ ਅਕਾਲ। ਅੱਛਾ, ਸਤਿ ਸ਼੍ਰੀ ਅਕਾਲ ਜੀ। ਕੁਐਸਚਨ ਆਇਆ, ਮੇਰੀ ਵਾਈਫ ਦਾ ਅੱਖਾਂ ਦਾ ਆਪਰੇਸ਼ਨ ਹੋਇਆ ਪਹਿਲਾਂ, ਤੇ ਉਹਦੀ ਨਿਗਾਹ ਬਹੁਤ ਘੱਟ ਗਈ ਪਿੱਛੇ, ਕਹਿੰਦੇ ਸੀ ਬਲੱਡ ਬਲੂਡ ਆ ਗਿਆ, ਉਹਦੀ ਵੀ ਸਰਜਰੀ ਕਰਾ ਕੇ ਉਹ ਟੀਕੇ ਟੂਕੇ ਨਾਲ ਲਾ ਕੇ ਮੇਰੇ ਖਿਆਲ ਬਲੱਡ ਬਲੂਡ ਮੂਵ ਕਰਦੇ ਆ, ਕੋਈ ਖਾਸ ਇੰਨਾ ਫਰਕ ਨਹੀਂ ਪਿਆ, ਅੱਖਾਂ ਦੀ ਨਿਗਾਹ ਬਹੁਤ ਘੱਟ ਹੈ। ਸ਼ੂਗਰ ਤੇ ਨੀ? ਹਾਂ, ਸ਼ੂਗਰ ਹੈਗੀ ਆ। ਕੋਈ ਕੰਟਰੋਲ ਨਹੀਂ ਕਰਦੇ ਸ਼ੂਗਰ ਆਪਣੀ, ਮਤਲਬ ਖਾਣੇ ਪੀਣੇ ਤੇ ਕੰਟਰੋਲ ਨਹੀਂ ਹੈ? ਖਾਣਾ ਪੀਣਾ ਤਾਂ ਹੈ ਕੰਟਰੋਲ ਤੇ ਹੀ ਆ, ਬਾਕੀ ਸ਼ੂਗਰ ਕਿਸੇ ਵੇਲੇ ਘੱਟ ਜਾਂਦੀ ਹੈ, ਕਿਸੇ ਵੇਲੇ ਵੱਧ ਜਾਂਦੀ ਆ ਆਪਣੇ ਆਪ ਹੀ, ਇਸ ਤਰ੍ਹਾਂ ਕਈ ਵਾਰ 350 ਵੀ ਹੋ ਜਾਂਦੀ ਆ, ਕਿਤੇ ਕਿਤੇ 400 ਜਾਂ 250, 200 ਦੇ ਥੱਲੇ ਤਾਂ ਆਉਂਦੀ ਨਹੀਂ, ਉੱਤੇ ਹੀ ਰਹਿੰਦੀ ਆ। 100 ਦੇ ਨਾਲ 100 ਤੱਕ ਹੋਣੀ ਚਾਹੀਦੀ ਹੈ ਨਾ, 300-400 ਤੇ ਬਹੁਤ ਜ਼ਿਆਦਾ ਸ਼ੂਗਰ ਹੈ ਨਾ, ਤਾਂ ਹੀ ਉਹਨਾਂ ਦੀਆਂ ਅੱਖਾਂ ਵੀ ਖਰਾਬ ਹੋਈਆਂ ਨੇ, ਸਮਝੇ? ਕਿਉਂਕਿ ਸ਼ੂਗਰ ਹਾਈ ਹੋਏਗੀ ਤੇ ਤੁਹਾਡੇ ਖੂਨ ਦੀਆਂ ਨਾਲੀਆਂ ਜਿਹੜੀਆਂ ਨੇ, ਜਿੱਥੇ ਸਪੈਸ਼ਲੀ ਬਰੀਕ ਨਾਲੀਆਂ, ਉਹ ਡੈਮੇਜ ਹੋ ਜਾਂਦੀਆਂ ਨੇ। ਮੈਨੂੰ ਫੋਨ ਕਰੋ ਆਫਿਸ ਤੇ, ਤੁਹਾਨੂੰ ਸ਼ੂਗਰ ਦੀ ਵੀ ਦਵਾਈ ਦਾਂਗੇ ਤੇ ਅੱਖਾਂ ਵਾਸਤੇ ਵੀ, ਅੱਖਾਂ ਚ ਪਾਉਣ ਵਾਸਤੇ ਵੀ ਔਰ ਅੱਖਾਂ ਚ ਮਤਲਬ ਖਾਣ ਵਾਸਤੇ ਵੀ ਦਵਾਈ ਦਾਂਗੇ।
ਠੀਕ ਹੈ ਜੀ? ਹਾਂਜੀ, ਇਹ ਨੰਬਰ ਜਿਹੜਾ ਸਕਰੀਨ ਤੇ ਆ ਰਿਹਾ ਨਾ 3600 ਨੰਬਰ ਹੈ, ਨੋਟ ਕਰ ਲਓ। ਤੇ ਇੱਥੇ ਅਸੀਂ ਇੱਥੇ ਦੂਸਰੇ ਕੋਲੇ ਤੁਸੀਂ ਚ ਰਹਿੰਦੇ ਆ, ਅਸੀਂ ਤੁਹਾਡੀ ਦੁਕਾਨ ਤੋਂ ਆ ਕੇ ਲੈ ਜਾਾਂਗੇ ਆ ਕੇ। ਨੋ ਪ੍ਰੋਬਲਮ, ਆ ਜਾਣਾ, ਕੋਈ ਗੱਲ ਨਹੀਂ। ਹਾਂਜੀ, ਮੈਂ ਜਾਣਦਾ ਅੱਗੇ ਤੁਹਾਡੇ ਨਾਲ 72 73 Street 37 Avenue ਉਹ 35 ਤੇ ਆ। ਹਾਂਜੀ, ਬਹੁਤ ਥੈਂਕ ਯੂ ਜੀ, ਓਕੇ ਜੀ, ਕਾਲ ਕਰਨੇ ਦਾ। ਹਾਂਜੀ, ਉਸ ਤੋਂ ਜ਼ਿਆਦਾ ਖੁਸ਼ੀ ਡਾਕਟਰ ਨਹੀਂ ਹੋ ਸਕਦਾ। ਔਰ ਫਿਰ ਦੂਜਿਆਂ ਨੂੰ ਵੀ ਦੱਸਦਾ, ਫਿਰ ਮਤਲਬ ਜ਼ਾਹਿਰ ਹੈ ਬਹੁਤ ਹੀ ਮਤਲਬ ਅੱਛਾ ਕੰਮ ਹੈ। ਔਰ ਖੁਸ਼ੀ ਤਾਂ ਹੀ ਹੁੰਦੀ ਹੈ ਜਦੋਂ ਮਰੀਜ਼ ਠੀਕ ਹੁੰਦਾ। ਹੁਣ ਕਈ ਮਰੀਜ਼ ਨੇ ਜਿਹਨਾਂ ਨੂੰ ਪ੍ਰੋਬਲਮ ਬਹੁਤ ਲੌਂਗ ਟਾਈਮ ਤੋਂ ਹੁੰਦੇ ਹੈ, ਔਰ ਉਹ ਟਰਾਈ ਕਰਦੇ ਆ ਹੋਮਿਓਪੈਥਿਕ ਹਰਬਲ, ਲੇਕਿਨ ਉਹ ਥੋੜ੍ਹੇ ਜਿਹੇ ਟਾਈਮ ਵਾਸਤੇ ਕਰਦੇ ਆ ਟਰਾਈ, ਔਰ ਉਹਨਾਂ ਨੂੰ ਫਿਰ ਇੰਨਾ ਇਫੈਕਟ ਨਹੀਂ ਹੁੰਦਾ ਜੀ। ਅਤੇ ਉਹਨਾਂ ਨੂੰ ਮੇਰੀ ਰਿਕੁਐਸਟ ਹੈ ਕਿ ਅਗਰ ਤੁਹਾਨੂੰ ਲੌਂਗ ਟਾਈਮ ਪ੍ਰੋਬਲਮਸ ਨੇ, ਜਿਹੜੇ ਕਿ ਸਾਲਾਂ ਸਾਲ ਤੋਂ ਤੁਸੀਂ ਆਪਣਾ ਦਵਾਈਆਂ ਖਾ ਰਹੇ ਹੋ, ਜਾਂ ਅਗਰ ਹੋਮਿਓਪੈਥਿਕ ਨੂੰ ਥੋੜ੍ਹਾ ਟਾਈਮ ਦਿਓ, ਮਤਲਬ ਹੁਣ ਹਰ ਇੱਕ ਬਿਮਾਰੀ ਦੇ ਜਲਦੀ ਆਰਾਮ ਨਹੀਂ ਆਉਂਦਾ। ਮਤਲਬ ਹੁਣ ਅਗਰ ਤੁਹਾਨੂੰ ਜੋੜਾਂ ਦਾ ਦਰਦ ਹੈ ਜਾਂ ਪੁਰਾਣੇ ਕਰੋਨਿਕ ਪ੍ਰੋਬਲਮਸ ਨੇ, ਅਤੇ ਹੋਮਿਓਪੈਥਿਕ ਇਹ ਨਹੀਂ ਕਿ ਗੋਲੀ ਖਾ ਲਓ ਰਾਈਟ ਹੋਵੇ ਫਰਕ ਪੈ ਜਾਏ, ਰਾਈਟ, ਉਹ ਥੋੜ੍ਹਾ ਟਾਈਮ ਲੱਗਦਾ। ਠੀਕ ਹੈ, ਹੁਣ ਮਾਮੂਲੀ ਚੀਜ਼ਾਂ ਨੇ ਜਿਹੜੀਆਂ ਉਹ ਜਲਦੀ ਆਰਾਮ ਆ ਜਾਂਦਾ। ਪੁਰਾਣੇ ਮਰੀਜ਼ਾਂ ਨੂੰ ਚਾਹੀਦਾ ਕਿ ਉਹ 2-4 ਮਹੀਨੇ 6 ਮਹੀਨੇ ਲਗਾਤਾਰ ਅਗਰ ਦਵਾਈ ਖਾਣ ਦੇ ਤਾਂ ਉਹਨਾਂ ਨੂੰ ਬਹੁਤ ਜ਼ਿਆਦਾ ਇੰਪਰੂਵ ਹੁੰਦੀ ਹੈ। ਬਿਲਕੁਲ ਬਿਲਕੁਲ। ਅਤੇ ਜਿਹੜੇ ਅਗਲੇ ਕਾਲਰ ਸੀ ਜਿਹਨਾਂ ਨੂੰ ਸੈਕਸ਼ੂਅਲ ਵੀਕਨੈਸ ਸੀ, ਉਹ 35 ਈਅਰਸ ਓਲਡ ਸੀ ਜੀ, ਜੀ, ਅਤੇ ਉਹ ਕਹਿ ਰਹੇ ਸੀ ਕਿ ਸਾਨੂੰ ਹਸਬੈਂਡ ਵਾਈਫ ਦੇ ਰਿਲੇਸ਼ਨ 'ਚ ਬਹੁਤ ਜ਼ਿਆਦਾ ਪ੍ਰੋਬਲਮ ਹੁੰਦੀ ਹੈ ਜੀ। ਅਤੇ ਉਹਦੀ ਇੱਕ ਵਜ੍ਹਾ ਇਹ ਵੀ ਹੈ ਕਿ ਬੰਦੇ ਜਿਹੜੇ ਨੇ ਨਾ ਕੰਮ ਦੀ ਤਰਫ ਧਿਆਨ ਬਹੁਤ ਜ਼ਿਆਦਾ ਦਿੰਦੇ ਆ। ਠੀਕ ਹੈ ਜੀ। ਈਵਨ ਯੰਗ, ਹੁਣ 35 ਏਜ ਐਸੀ ਨਹੀਂ ਹੈ ਕਿ ਉਹਨਾਂ ਨੂੰ ਇਹ ਪ੍ਰੋਬਲਮ ਹੋਵੇ, ਲੇਕਿਨ ਉਹਨਾਂ ਨੂੰ ਮੈਂ ਰਿਕੁਐਸਟ ਕਰਾਂਗਾ ਕਿ ਤੁਸੀਂ ਆਪਣਾ ਟੇਕ ਕੇਅਰ ਕਰੋ, ਆਪਣਾ ਰੈਸਟ ਔਰ ਨੀਂਦ ਪੂਰੀ ਕਰਿਆ ਕਰੋ। ਉਸ ਦੇ ਨਾਲ ਨਾਲ ਤੁਸੀਂ ਹੋਮਿਓਪੈਥਿਕ ਹਰਬਲ ਦੇ ਜਿਹੜੇ ਮੇਲ ਫਾਰਮੂਲਾ, ਹਰਬਲ ਤਿਲ ਹੈ ਓਇਲ ਮਾਲਿਸ਼ ਕਰਨ ਵਾਸਤੇ, ਟ੍ਰੈਬੈਸਟ ਹੈ ਜਿਹੜੇ ਮਤਲਬ ਸੈਕਸ਼ੂਅਲ ਵੀਕਨੈਸ ਨੂੰ ਖਤਮ ਕਰਨ ਵਾਸਤੇ, ਹਾਰਮੋਨ ਨੂੰ ਵਧਾਉਣ ਵਾਸਤੇ, ਔਰ ਫਿਰ ਸਰਕੂਲੇਸ਼ਨ ਵਾਸਤੇ। ਅਤੇ ਇਹ 2-3 ਦਵਾਈਆਂ ਨੇ, ਵਿਟਾਮਿਨ ਨੇ, ਸਪਲੀਮੈਂਟਸ ਨੇ, ਇਹ ਉਹਨਾਂ ਨੂੰ ਚਾਹੀਦੇ ਨੇ ਕਿ ਤੁਸੀਂ ਆਫਿਸ ਨੰਬਰ 'ਤੇ ਕਾਲ ਕਰਕੇ ਇਹ ਮੰਗਾ ਲਓ, ਮੇਲ ਫਾਰਮੂਲਾ, ਟ੍ਰੈਬੈਸਟਾ, ਹਰਬਲ ਤੇਲਾ। ਠੀਕ ਹੈ, ਔਰ ਇਹ ਸ਼ੁਰੂ ਕਰੋ, ਨਾਲ ਆਪਣੇ ਖਾਣੇ ਪੀਣੇ 'ਤੇ ਧਿਆਨ ਦਿਓ, ਦੁੱਧ ਦਾ ਇਸਤੇਮਾਲ ਕਰੋ, ਐਪਲ ਰੋਜ਼ ਖਾਇਆ ਕਰੋ, ਨਾਲੇ ਪਾਣੀ ਦਾ ਇਸਤੇਮਾਲ ਜ਼ਿਆਦਾ, ਔਰ ਰੈਸਟ, ਰੈਸਟ ਇਜ਼ ਦਾ ਵੈਰੀ ਇੰਪੋਰਟੈਂਟ ਚੀਜ਼, ਜਿਹੜੀ ਕਿ ਇੱਥੇ ਲੋਕ ਕੰਮਾਂ ਪਿੱਛੇ ਇੰਨੇ ਦੌੜਦੇ ਹੈ ਕਿ ਰੈਸਟ ਵੱਲ ਧਿਆਨ ਨਹੀਂ ਦਿੰਦੇ, ਅਤੇ ਰੈਸਟ ਕਰਨਾ ਬਹੁਤ ਜ਼ਰੂਰੀ ਹੈ, ਔਰ ਨੀਂਦ ਜਿਹੜੀ ਹੈ ਬਹੁਤ ਜ਼ਰੂਰੀ। ਬਿਲਕੁਲ, ਐਪਲ ਅ ਡੇ ਕੀਪਸ ਯੂ ਡਾਕਟਰ ਅਵੇ ਜੀ, ਇਹ ਸਿਧਾਂਤ ਬੜਾ ਇੰਪੋਰਟੈਂਟ ਹੈਗਾ। ਲੇਕਿਨ ਜੇਕਰ ਤੁਹਾਨੂੰ ਐਪਲ ਵੀ ਨਿਜਾਤ ਨਹੀਂ ਦੇ ਪਾ ਰਿਹਾ, ਤਾਂ ਫਿਰ ਡਾਕਟਰ ਚੌਧਰੀ ਨੇ ਇੱਥੇ ਉਹ ਨਿਜਾਤ ਤੁਹਾਨੂੰ ਜੜ੍ਹ ਤੋਂ ਬਿਮਾਰੀ ਨੂੰ ਖਤਮ ਕਰਨ ਦੇ ਲਈ, ਉਹਨਾਂ ਨੇ ਹੋਮਿਓਪੈਥੀ ਸਿਧਾਂਤ ਅਪਣਾਉਣ ਦੇ ਲਈ ਹਮੇਸ਼ਾ ਤੁਹਾਨੂੰ ਕਿਹਾ। ਔਰ ਇਹ ਵੀ ਉਹ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਕਿ ਇੱਕ ਦਿਨ ਦਾ ਫਾਰਮੂਲਾ ਨਹੀਂ ਹੁੰਦਾ, ਇਹਨੂੰ ਤੁਸੀਂ ਘੱਟੋ ਘੱਟ ਕਿੰਨਾ ਟਾਈਮ ਤੱਕ ਯੂਜ਼ ਕਰਨਾ ਚਾਹੀਦਾ ਹੈ ਕਿ ਕਈ ਨੂੰ ਚਾਹੀਦਾ ਕਿ ਮੇਰਾ ਨਿਪਟਾਰਾ ਨਹੀਂ ਹੋਇਆ। ਹਾਂ, ਪਰ ਉਹ ਬਿਮਾਰੀ ਉਹਨਾਂ ਦੀ ਲੰਬੇ ਸਮੇਂ ਤੋਂ ਚੱਲਦੀ ਹੁੰਦੀ ਹੈ, ਅਤੇ ਦੇਖੋ ਉਹ ਕਮੀ ਪੂਰੀ ਹੋਏਗੀ ਤਾਂ ਹੀ ਆਰਾਮ ਆਏਗਾ ਨਾ। ਹੁਣ ਅਗਰ ਤੁਹਾਨੂੰ ਗੋਡਿਆਂ 'ਚ ਦਰਦ ਹੋ ਰਿਹਾ, ਤੁਹਾਡੀਆਂ ਹੱਡੀਆਂ ਜਿਹੜੀਆਂ ਨੇ ਇੰਨੀਆਂ ਘੱਸ ਗਈਆਂ ਨੇ, ਉਹ ਜਿਹੜੀ ਕਾਰਟਿਲੇਜ ਹੈ ਬਿਲਕੁਲ ਘੱਸ ਗਈ ਹੈ, ਜਾਂ ਬਲੱਡ ਸਰਕੂਲੇਸ਼ਨ ਨਹੀਂ ਹੁੰਦਾ, ਮਸਲਸ ਕਮਜ਼ੋਰ ਨੇ, ਵੀਕਨੈਸ, ਸਰਕੂਲੇਸ਼ਨ ਦਾ ਪ੍ਰੋਬਲਮ ਹੈ, ਅਤੇ ਉਹਦੇ 'ਚ ਥੋੜ੍ਹਾ ਟਾਈਮ ਲੱਗੇਗਾ। ਅਤੇ ਕਿਉਂਕਿ ਪੇਨ ਕਿਲਰ ਜਿਹੜਾ ਉਹ ਤੁਹਾਨੂੰ ਸਿਰਫ ਤੁਸੀਂ ਮਹਿਸੂਸ ਨਹੀਂ ਕਰਦੇ ਦਰਦ, ਪ੍ਰੋਬਲਮ ਤਾਂ ਉੱਥੇ ਹੀ ਹੈ ਨਾ। ਕੋਈ ਵੀ ਪੇਨ ਕਿਲਰ ਤੁਸੀਂ ਖਾਂਦੇ ਹੋ, ਰਾਈਟ ਅਵੇ ਯੂਅਰ ਬ੍ਰੇਨ ਡਜ਼ਨਟ ਫੀਲ ਪੇਨ, ਲੇਕਿਨ ਪ੍ਰੋਬਲਮ ਉੱਥੇ ਹੀ ਹੈ। ਅਤੇ ਹੋਮਿਓਪੈਥਿਕ ਹਰਬਲ ਦਵਾਈ ਨੂੰ ਅਸੀਂ ਪ੍ਰੋਬਲਮ ਨੂੰ ਸੋਲਵ ਕਰਨੇ ਹਾਂ, ਨਾ ਕਿ ਸਿਰਫ ਪੇਨ ਕਿਲਰ ਦੇ ਕੇ। ਅਤੇ ਉਹਦੇ ਵਾਸਤੇ ਓਇਲ ਵੀ ਸਾਡੇ ਕੋਲ ਬਹੁਤ ਵਧੀਆ, ਥੈਰਾ ਓਇਲ ਦੇ ਨਾਂ 'ਤੇ, ਜਿਹੜਾ ਪੇਨ ਵਾਸਤੇ ਹੈ। ਠੀਕ ਹੈ ਜੀ। ਉਹ ਦਰਦਾਂ ਵਾਸਤੇ ਹੈ, ਉਹ ਮਾਲਿਸ਼ ਵੀ ਕਰਾਉਣੀ ਚਾਹੀਦੀ ਹੈ ਹਫ਼ਤੇ 'ਚ ਇੱਕ ਅੱਧ ਦਫ਼ਾ ਬੋਡੀ ਦੀ, ਆਪਣਾ ਟੇਕ ਕੇਅਰ ਕਰਨਾ ਚਾਹੀਦਾ ਉਹਦੇ ਨਾਲ। ਔਰ ਕਿ ਔਰ ਅੰਗਰੇਜ਼ੀ ਦਵਾਈਆਂ ਵੀ ਇੱਕ ਵਜ੍ਹਾ ਨੇ ਜਿਹੜੇ ਤੁਹਾਡੇ ਸੈਕਸ਼ੂਅਲ ਵੀਕਨੈਸ ਦੀ ਜਾਂ ਜਨਰਲ ਵੀਕਨੈਸ, ਅਗਰ ਤੁਹਾਨੂੰ ਸ਼ੂਗਰ ਹੈ, ਬਲੱਡ ਪ੍ਰੈਸ਼ਰ ਹੈ, ਕੋਲੈਸਟ੍ਰੋਲ ਹੈ, ਐਸਪ੍ਰੀਨ ਵੀ ਖਾ ਰਹੇ ਹੋ, ਸਾਰੀ ਇਹ ਦਵਾਈਆਂ ਖਾ ਰਹੇ ਹੋ, ਅਤੇ ਉਹ ਤੁਹਾਡੀ ਸ਼ੂਗਰ ਬਲੱਡ ਪ੍ਰੈਸ਼ਰ 'ਤੇ ਕੰਟਰੋਲ ਕਰ ਰਹੀ ਹੈ, ਲੇਕਿਨ ਤੁਹਾਨੂੰ ਬਹੁਤ ਜ਼ਿਆਦਾ ਵੀਕ ਕਰ ਰਹੀ ਹੈ। ਇੱਕ ਬੋਡੀ ਦਾ ਪਾਰਟ ਠੀਕ ਕਰੀ, ਦੂਜਾ ਬੋਡੀ ਦਾ ਪਾਰਟ ਜਿਹੜਾ ਉਹ ਵੀਕ ਕਰ ਰਿਹਾ। ਹਾਂਜੀ, ਅਤੇ ਅਗਰ ਉਹਦੀ ਵਜ੍ਹਾ ਨਾਲ ਤੁਹਾਨੂੰ ਸੈਕਸ਼ੂਅਲ ਵੀਕਨੈਸ ਹੈ ਜਾਂ ਜਨਰਲ ਟਾਇਰਡਨੈਸ ਹੈ ਔਰਤਾਂ 'ਚ ਵੀ ਮਰਦਾਂ 'ਚ ਵੀ, ਕਿ ਇੰਨੀਆਂ ਦਵਾਈਆਂ ਖਾ ਰਹੇ ਨੇ ਡਾਕਟਰ ਕੋਲੋਂ ਜੀ, ਅਤੇ ਉਹਦਾ ਹੱਲ ਅਸੀਂ ਇਸ ਤਰ੍ਹਾਂ ਕਰਦੇ ਹਾਂ ਕਿ ਉਹਦਾ ਸਬਸਟੀਟਿਊਟ ਅਸੀਂ ਦੱਸਦੇ ਹਾਂ ਕਿ ਤੁਸੀਂ ਹੋਮਿਓਪੈਥਿਕ ਹਰਬਲ ਦਵਾਈ ਖਾਓ ਸ਼ੂਗਰ ਵਾਸਤੇ ਵੀ, ਬਲੱਡ ਪ੍ਰੈਸ਼ਰ ਵਾਸਤੇ ਵੀ, ਜਾਂ ਅਗਰ ਪੇਨ ਕਿਲਰ ਖਾ ਰਹੇ ਹੋ ਉਹਦੇ ਵਾਸਤੇ, ਜਾਂ ਥਾਇਰਾਇਡ ਦੀ ਦਵਾਈ ਖਾ ਰਹੇ ਹੋ, ਜਾਂ ਹੋਰ ਮਾਈਗ੍ਰੇਨ ਦੀ ਦਵਾਈ ਖਾ ਰਹੇ ਹੋ, ਜਾਂ ਹੋਰ ਕਿਸੇ ਕਿਸਮ ਦੀ ਦਵਾਈ, ਉਹਦੀ ਜਗ੍ਹਾ ਅਸੀਂ ਹੋਮਿਓਪੈਥਿਕ ਹਰਬਲ ਦਵਾਈਆਂ ਰੈਕਮੈਂਡ ਕਰਦੇ ਹਾਂ, ਅਤੇ ਉਹਦੇ ਨਾਲ ਹੀ ਉਹਨਾਂ ਨੂੰ ਕਾਫੀ
ਮਤਲਬ ਹੈਲਪ ਹੋ ਜਾਂਦੀ ਹੈ। ਔਰ ਨਾਲ ਉਹਨਾਂ ਨੂੰ ਤੁਸੀਂ ਡਾਇਟ ਦੇ ਬਾਰੇ 'ਚ ਵੀ ਦੱਸਦੇ ਕੀ ਖਾਣਾ ਚਾਹੀਦਾ ਕੀ ਨਹੀਂ ਖਾਣਾ ਚਾਹੀਦਾ। ਕਈ ਦਫ਼ਾ ਲੋਕ ਸਮਝ ਰਹੇ ਨੇ ਕਿ ਇਹ ਫੂਡ ਉਹਨਾਂ ਵਾਸਤੇ ਚੰਗਾ, ਉਹ ਖਾ ਰਹੇ ਹੁੰਦੇ ਆ, ਲੱਗੇ ਉਹ ਪ੍ਰੋਬਲਮ ਕਰ ਰਿਹਾ ਹੁੰਦਾ। ਜੇਕਰ ਤੁਸੀਂ ਵੀ ਡਾਕਟਰ ਚੌਧਰੀ ਹੋਰਾਂ ਨਾਲ ਰਾਬਤਾ ਕਾਇਮ ਹੁਣੇ ਕਰਨਾ ਚਾਹੁੰਦੇ ਹੋ, ਕੋਈ ਵੀ ਸਵਾਲ ਆਪਣਾ ਪੁੱਛਣਾ ਚਾਹੁੰਦੇ ਹੋ, ਤਾਂ 7187862222 ਦੇ ਉੱਤੇ ਕਾਲ ਕਰਕੇ ਤੁਸੀਂ ਡਾਕਟਰ ਚੌਧਰੀ ਹੋਰਾਂ ਨਾਲ ਫੋਨ ਕਰਕੇ ਆਪਣਾ ਕੋਈ ਵੀ ਸਵਾਲ ਪੁੱਛ ਸਕਦੇ ਹੋ। ਹੈਲਥ ਰਿਲੇਟਡ ਕੋਈ ਵੀ ਤੁਹਾਨੂੰ ਇਸ਼ੂ ਹੈਗਾ ਤਾਂ ਡਾਕਟਰ ਚੌਧਰੀ ਹੁਣੇ ਤੁਹਾਨੂੰ ਆਨਸਰ ਵੀ ਕਰ ਦੇਣਗੇ, ਜਾਂ ਫਿਰ ਤੁਸੀਂ ਉਹਨਾਂ ਨੂੰ ਡਾਇਰੈਕਟ ਨੰਬਰ ਦੇ ਉੱਤੇ ਕਾਲ ਕਰਨਾ ਚਾਹੁੰਦੇ ਹੋ ਤਾਂ 7183936600 ਦੇ ਉੱਤੇ ਕਾਲ ਕਰਕੇ, ਡਾਕਟਰ ਚੌਧਰੀ ਹੋਰਾਂ ਦਾ ਡਾਇਰੈਕਟ ਸੈੱਲ ਨੰਬਰ ਹੈ, ਉਸ ਨੰਬਰ ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ ਔਰ ਆਪਣੇ ਹੈਲਥ ਰਿਲੇਟਡ ਇਸ਼ੂਜ਼ ਬਾਰੇ ਜਾਣਕਾਰੀ ਲੈ ਸਕਦੇ ਹੋ। ਡਾਕਟਰ ਸਾਹਿਬ ਇਹ ਤਾਂ ਹੋ ਗਈ ਸਟਮਕ ਤੱਕ ਦੀ ਗੱਲ, ਹੁਣ ਅਸੀਂ ਚਲੇ ਜਾਈਏ ਹੋਰ। ਜੀ, ਬੋਡੀ ਪਿਸ਼ਾਬ ਦਾ ਜਿਹੜਾ ਬਹੁਤ ਜ਼ਿਆਦਾ ਪ੍ਰੋਬਲਮ ਹੈ, ਜਿਹੜਾ ਕਿ ਬਾਰ ਬਾਰ ਪਿਸ਼ਾਬ ਆਉਂਦਾ ਔਰ ਉਹਦੇ ਵਿੱਚ ਡਿਫਰੈਂਟ ਏਜ ਗਰੁੱਪ ਦੇ ਡਿਫਰੈਂਟ ਪ੍ਰੋਬਲਮਸ ਹੁੰਦੇ ਆ। ਅਗਰ ਤੁਹਾਨੂੰ ਯੰਗ ਏਜ ਹੈ, ਤੁਹਾਨੂੰ ਪਿਸ਼ਾਬ ਜ਼ਿਆਦਾ ਆਉਂਦਾ ਤਾਂ ਉਹ ਸਟ੍ਰੈਸ ਦੀ ਵਜ੍ਹਾ ਨਾਲ ਵੀ ਹੁੰਦਾ, ਜਾਂ ਤੁਹਾਡੇ ਮਸਾਲੇ 'ਚ ਕਮਜ਼ੋਰੀ ਹੁੰਦੀ ਹੈ ਬਲੈਡਰ 'ਚ, ਔਰ ਜਾਂ ਫਿਰ ਤੁਸੀਂ ਪਾਣੀ ਦਾ ਇਸਤੇਮਾਲ ਜ਼ਿਆਦਾ ਕਰਦੇ ਹੋ, ਅਤੇ ਅਗਰ ਉਹ ਪਾਣੀ ਦਾ ਇਸਤੇਮਾਲ ਕਰਕੇ ਤੁਹਾਨੂੰ ਪਿਸ਼ਾਬ ਜ਼ਿਆਦਾ ਆਉਂਦਾ ਤਾਂ ਉਹ ਕੋਈ ਪ੍ਰੋਬਲਮ ਨਹੀਂ ਹੈ, ਕਿਉਂਕਿ ਤੁਹਾਨੂੰ ਅਗਰ ਠੰਡ ਵਿੱਚ ਹੈ ਤਾਂ ਇੱਥੇ ਤੁਸੀਂ ਪਾਣੀ ਦਾ ਗਲਾਸ ਪੀਓਗੇ, ਤੁਹਾਨੂੰ ਪਿਸ਼ਾਬ ਕਰਨਾ ਪਏਗਾ, ਅਤੇ ਉਹ ਘਬਰਾਉਣ ਦੀ ਜ਼ਰੂਰਤ ਨਹੀਂ। ਅੱਛਾ, ਅਗਰ 40 ਜਾਂ 50 ਸਾਲ ਤੋਂ ਬਾਅਦ ਤੁਹਾਨੂੰ ਪ੍ਰੋਸਟੇਟ ਦਾ ਪ੍ਰੋਬਲਮ, ਜਿਹਨੂੰ ਵਧੂਦ ਪੰਜਾਬੀ ਤੁਸੀਂ ਕਹਿੰਦੇ ਹਾਂ, ਅਗਰ ਉਹ ਵੱਧ ਜਾਂਦੇ ਹੈ ਤਾਂ ਉਹਦੀ ਵਜ੍ਹਾ ਨਾਲ ਤੁਹਾਨੂੰ ਪਿਸ਼ਾਬ ਜਿਹੜਾ ਫਿਰ ਰੁਕਦਾ, ਬਾਰ ਬਾਰ ਆਉਂਦਾ ਜਾਂ ਕੰਟਰੋਲ ਨਹੀਂ ਹੁੰਦਾ, ਜਾਂ ਰਾਤ ਨੂੰ ਉੱਠ ਕੇ ਪਿਸ਼ਾਬ ਕਰਨੇ ਪੈਂਦੇ। ਇਹ ਵੱਡੀ ਉਮਰ 'ਚ 40-50 ਸਾਲ ਤੋਂ ਬਾਅਦ, 60-70-80 ਸਾਲ, ਅਤੇ ਉਹਦੇ ਵਾਸਤੇ ਹੋਮਿਓਪੈਥਿਕ ਹਰਬਲ 'ਚ ਬਹੁਤ ਹੀ ਇਫੈਕਟਿਵ ਇਲਾਜ ਹੈ, ਪ੍ਰੋਸਟੇਟ ਹੈਲਥ ਵਾਸਤੇ, ਬਲੈਡਰ ਵਾਸਤੇ, ਜਾਂ ਤੁਹਾਨੂੰ ਐਂਗਜ਼ਾਇਟੀ ਸਟ੍ਰੈਸ ਦੀ ਵਜ੍ਹਾ ਨਾਲ ਪਿਸ਼ਾਬ ਜ਼ਿਆਦਾ ਆਉਂਦਾ। ਅਤੇ ਮੇਰੇ ਖਿਆਲ ਟਾਈਮ ਸਾਨੂੰ ਇਜਾਜ਼ਤ ਨਹੀਂ ਦੇ ਰਿਹਾ, ਹੁਣ ਕਿ 8 ਵਜਣੇ ਵਾਲੇ ਹੈ। ਜੀ 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 ਲੇਕਿਨ ਤੁਸੀਂ ਆਪਣੀ ਗੱਲ ਜਲਦੀ ਕੰਪਲੀਟ ਕਰ ਸਕਦੇ ਹੋ। ਹਾਂਜੀ, ਅਤੇ ਬਸ ਪ੍ਰੋਸਟੇਟ ਦਾ ਅਗਰ ਪ੍ਰੋਬਲਮ ਹੈ, ਔਰ ਦੇਖੋ ਕੋਈ ਵੀ ਵਜ੍ਹਾ ਹੁੰਦੀ ਹੈ ਨਾ ਕਿਸੇ ਚੀਜ਼ ਦੀ, ਅਤੇ ਉਹਦੇ ਪਿੱਛੇ ਇੱਕ ਕਾਰਨ ਹੁੰਦਾ ਕਿ ਕੀ ਪ੍ਰੋਬਲਮ ਹੈ, ਉਹਦਾ ਇਲਾਜ ਹੋਮਿਓਪੈਥਿਕ 'ਚ ਕਰਨੇ ਹਾਂ ਅਸੀਂ। ਹੁਣ ਅਗਰ ਤੁਹਾਨੂੰ ਪਿਸ਼ਾਬ ਆ ਰਿਹਾ ਬਾਰ ਬਾਰ, ਉਹਦੀ ਵਜ੍ਹਾ ਦੇਖਦੇ ਹਾਂ ਕੀ ਵਜ੍ਹਾ ਬੰਦਾ, ਔਰ ਬੰਦਾ ਨਰਵਸਨੈਸ ਹੈ ਅਤੇ ਉਹਨੂੰ ਨਰਵਸ ਦੀ ਦਵਾਈ ਦੇਈਦੀ ਹੈ, ਨਰਵ ਟੋਨਿਕ ਦੇਈਦੇ ਨੇ। ਅਗਰ ਪ੍ਰੋਸਟੇਟ ਦੀ ਵਜ੍ਹਾ ਨਾਲ ਪਿਸ਼ਾਬ ਜ਼ਿਆਦਾ ਆ ਰਿਹਾ ਜਾਂ ਰੁਕ ਰਿਹਾ ਤਾਂ ਉਹ ਪ੍ਰੋਸਟੇਟ ਦੀ ਦਵਾਈ ਦੇਈਦੀ ਹੈ। ਠੀਕ ਹੈ ਜੀ, ਇੱਕ ਕਾਲ ਆ ਰਹੀ ਹੈ, ਆਪਾਂ ਜਾਂਦੇ ਜਾਂਦੇ ਕਾਲ ਵੀ ਲੈ ਲਈਏ। ਤੁਸੀਂ ਕੌਣ ਬੋਲ ਰਹੇ ਹੋ ਜੀ? ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ। ਜੀ ਜੀ, ਆਪਣਾ ਸਵਾਲ ਪੁੱਛ ਸਕਦੇ ਹੋ ਡਾਕਟਰ ਚੌਧਰੀ ਹੋਰਾਂ ਨੂੰ? ਹਾਂਜੀ, ਕਰਾਇਓ ਹੋਈ ਗੱਲ, ਤੁਸੀਂ ਗੱਲ ਉਹ ਸੁਣ ਪਾ ਰਹੇ ਨੇ ਤੁਹਾਨੂੰ? ਜੀ, ਸਤਿ ਸ਼੍ਰੀ ਅਕਾਲ ਜੀ, ਕੀ ਕੁਐਸਚਨ ਹੈ ਤੁਹਾਡਾ? ਹੈਲੋ। ਹਾਂ ਜੀ, ਸਤਿ ਸ਼੍ਰੀ ਅਕਾਲ ਜੀ। ਜੀ ਜੀ ਹਾਂਜੀ, ਮੇਰਾ ਸਵਾਲ ਇਹ ਹੈ ਜੀ, ਮੈਨੂੰ ਮਤਲਬ ਕਿ ਸਮਰ ਦੇ ਵਿੱਚ ਕਹਿੰਦਾ ਭੁੱਖ ਨਹੀਂ ਲੱਗਦੀ ਹੈਗੀ। ਓਕੇ, ਤੇ ਤੁਸੀਂ ਅਲਫਾ ਤੇ ਵਿੰਟਰ ਦੇ ਵਿੱਚ ਟੂ ਮੱਚ ਲੱਗਦੀ ਆ। ਹਾਂ, ਓਕੇ, ਤੇ ਤੁਸੀਂ ਅਲਫਾ ਟੋਨਿਕ ਹੁੰਦਾ ਇੱਕ ਸ਼ਰਬਤ ਹੁੰਦਾ ਹੋਮਿਓਪੈਥਿਕ ਦਾ, ਔਰ ਉਹ ਐਜ਼ ਏ ਵਿਟਾਮਿਨ ਦੇ ਤੌਰ 'ਤੇ ਹੀ ਹੁੰਦਾ, ਜਿਸ ਤਰ੍ਹਾਂ ਨਾ ਤੁਹਾਡੇ ਲਿਵਰ ਨੂੰ, ਸਟਮਕ ਨੂੰ ਅੱਛਾ ਕਰਦਾ, ਭੁੱਖ ਵਗੈਰਾ ਨੂੰ, ਔਰ ਬਲੱਡ ਬਿਲਡਿੰਗ ਵਾਸਤੇ ਬਹੁਤ ਅੱਛੀ ਚੀਜ਼ ਹੈ। ਅਤੇ ਮੈਂ ਚਾਹਾਂਗਾ ਤੁਸੀਂ ਉਹਨੂੰ ਇੱਕ ਚਮਚਾ ਪੀਆ ਕਰੋ ਸੁਬਹਾ ਦੁਪਹਿਰ ਸ਼ਾਮ। ਠੀਕ ਹੈ, ਕਿੱਥੋਂ ਮਿਲੂਗਾ ਜੀ? ਉਹ ਸਾਡੇ ਕੋਲੋਂ ਮਿਲੇਗਾ, ਨੰਬਰ ਸਾਡਾ ਸਕਰੀਨ 'ਤੇ ਆ ਰਿਹਾ ਨਾ, ਤੁਸੀਂ ਇੱਥੇ ਕਾਲ ਕਰਕੇ ਜਾਂ ਵੈਬਸਾਈਟ 'ਤੇ ਜਾ ਕੇ ਆਰਡਰ ਕਰ ਸਕਦੇ। ਤੁਸੀਂ ਨੰਬਰ ਲਿਖ ਲਓ 7183963। ਨੰਬਰ ਚੱਲ ਰਿਹਾ, ਇਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਡਾਕਟਰ ਚੌਧਰੀ ਹੋਰ ਨਾਲ ਰਾਬਤਾ ਕਾਇਮ ਕਰ ਸਕਦੇ ਹੋ। ਠੀਕ ਹੈ ਜੀ, ਠੀਕ ਹੈ ਜੀ, ਓਕੇ। ਤੁਸੀਂ ਆਪਣਾ ਨੰਬਰ ਟੈਕਸਟ ਕਰ ਦਿਓ ਉਹਨਾਂ ਨੂੰ, ਉਹਨਾਂ ਦੀ ਟੀਮ ਤੁਹਾਨੂੰ ਕਾਲ ਕਰ ਲਏਗੀ, ਮਿਹਰਬਾਨੀ। ਅਤੇ ਇਹ ਸੀਗੇ ਡਾਕਟਰ ਚੌਧਰੀ, ਹੋਮਿਓਪੈਥੀ ਸਿਧਾਂਤ ਬਾਰੇ ਸਾਨੂੰ ਹਰ ਵੀਕ ਦੱਸਦੇ ਹਨ, ਮਿਲਾਂਗੇ ਨੈਕਸਟ ਵੀਕ। ਹੈਲਥ ਰਿਲੇਟਡ ਇਸ਼ੂਜ਼ ਕੁਝ ਵੀ ਹੋਣਗੇ ਤਾਂ ਡਾਕਟਰ ਚੌਧਰੀ ਹਮੇਸ਼ਾ ਤੁਹਾਨੂੰ ਐਡਵਾਈਸ ਦੇਣਗੇ। 7183963600 ਇਹਨਾਂ ਦਾ ਡਾਇਰੈਕਟ ਸੈੱਲ ਨੰਬਰ ਹੈਗਾ, ਇਸ ਨੰਬਰ ਦੇ ਉੱਤੇ ਕਾਲ ਕਰਕੇ ਵੀ ਤੁਸੀਂ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਮੈਂ ਸੀਗਾ ਹਰਕਿਰਤ ਸਿੰਘ ਆਲੂਵਾਲੀਆ, ਡਾਕਟਰ ਚੌਧਰੀ ਹੋਰਾਂ ਦੇ ਨਾਲ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।